ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਨਾਰਪੁਰ, ਤਹਿਸੀਲ ਕਰਤਾਰਪੁਰ ਅਤੇ ਜ਼ਿਲ੍ਹਾ ਜਲੰਧਰ, ਹਰਜਿੰਦਰ ਭਾਈ ਦੇ ਘਰ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਵਹਿੜਾ ਅਤੇ 2 ਤੁਹਾਨੂੰ ਝੋਟੀਆਂ ਦਿਖਾਉਣੀਆਂ ਵਾ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ, ਹੁਣ ਪੁੱਛਦੇ ਹਾਂ ਸਾਰੀ ਡਿਟੇਲ। ਇਹਨਾਂ ਦੇ ਵਿੱਚ ਕੁਝ ਸੂਈਆਂ ਅਤੇ ਕੁਝ ਗੱਬਣਾ ਹੈ। ਵੀਡੀਓ ਪੂਰੀ ਜ਼ਰੂਰ ਵੇਖਿਓ। ਹਾਂ, ਦੇਖ ਸਕਦੇ 4 ਵੈੜਾਂ ਜਿਹੜੀਆਂ ਸਾਹਮਣੇ ਤੁਸੀਂ ਦੇਖ ਸਕਦੇ, ਇੱਕ ਝੋਟੀ ਉਹ ਅਤੇ ਇੱਕ ਝੋਟੀ ਆ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਬਸ ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ। ਹੋਰ ਜੋ ਆਪਣੇ ਚੈਨਲ ਨਾਲ ਵੀਰ ਜੁੜਿਆ, ਸਭ ਵੀਰਾਂ ਭਰਾਵਾਂ ਨੂੰ, ਸਾਰਿਆਂ ਨੂੰ ਪਿਆਰ ਤੋਂ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਹਰਜਿੰਦਰ ਵੀਰ ਜੀ ਦਾ ਕੀ ਹਾਲ ਚਾਲ ਜੀ? ਬਸ ਬਹੁਤ ਵਧੀਆ ਜੀ, ਬਹੁਤ ਵਧੀਆ। ਵੱਲੇ ਚੱਲੀ ਜਾਂਦਾ ਕੰਮ ਕਰ ਫਿਰ ਉਹਨਾਂ ਦਾ? ਬਹੁਤ ਵਧੀਆ, ਬਹੁਤ ਵਧੀਆ, ਕੰਮ ਤੇ ਜਾ ਰਹੇ ਆ। ਠੀਕ ਹੈ। ਹਾਂ, ਫੋਨ ਲਾ ਦਿੰਦਾ ਸਵੇਰ ਸ਼ਾਮ। ਠੀਕ ਹੈ ਜੀ। ਚਲੋ, ਨਾਮ ਦੱਸ ਦੇ ਕਰੀ ਆਪਣਾ। ਨਾਮ ਮੇਰਾ ਵੀਰ ਜੀ ਪਰਮਜੀਤ ਸਿੰਘ। ਹਾਂਜੀ। ਪਿੰਡ ਨਾਰਪੁਰ, ਜ਼ਿਲ੍ਹਾ ਜਲੰਧਰ, ਤਹਿਸੀਲ ਕਰਤਾਰਪੁਰ। ਤੇ ਫੋਨ ਨੰਬਰ ਵੀ ਕਰੀ ਬੋਲ ਦੇ ਜੀ। 9680। ਹਾਂਜੀ। 6589 ਹਰਜਿੰਦਰ ਵਾਲਾ। ਠੀਕ ਹੈ। ਤੇ ਇਹਦਾ 9888-2928-22। ਠੀਕ ਹੈ ਜੀ। ਹਾਂਜੀ। ਤੇ ਚਲੋ ਸ਼ੁਰੂਆਤ ਆ ਜਿਹੜੀ ਪਹਿਲੇ ਨੰਬਰ ਤੇ ਹੀ ਬੈਠੇ ਆ ਜਿਹੜੇ। ਆਪਾਂ ਇੱਕ ਹੋਰ ਛੋਟੀ ਰਿਕੁਐਸਟ ਕਰਨੀ ਆ। ਹਾਂਜੀ। ਵੀਰ ਜੀ, ਜਿਹੜਾ ਵੀ ਬੰਦਾ ਵੀਡੀਓ ਦੇਖ ਕੇ ਮਾਲ ਲੈਂਦਾ, ਪਹਿਲੇ 1-2 ਵਾਰੀ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਵੇ। ਠੀਕ ਹੈ। ਪਿਛਲੀ ਵੀਡੀਓ 'ਚ ਇੱਦਾਂ ਹੋਇਆ ਕਿ ਬੰਦੇ ਨੇ ਜੋੜਾ ਕਹਿੰਦਾ ਮੈਂ ਜੋੜਾ ਲੈਣਾ। ਹਾਂਜੀ। ਮੇਰੇ ਕੋਲ ਪੈਸੇ ਨਹੀਂ ਪੈਂਦੇ ਆਨਲਾਈਨ। ਠੀਕ ਹੈ। ਮੈਂ ਸ਼ਹਿਰ ਚੱਲਿਆ ਵਾਂ। ਹਾਂਜੀ। ਮੈਂ ਫਲਾਣੀ ਥਾਂ ਦੇ ਚੱਲਿਆ ਤੇ ਮੇਰੇ ਪਸ਼ੂ ਹੀ ਰੁਕ ਗਿਆ ਭਾਜੀ। ਅੱਛਾ। ਹਾਂਜੀ, ਇਸੇ ਕਰਕੇ 2 ਪਸ਼ੂ ਲੈਂਦਾ ਸੀਗਾ ਤੇ ਉਹਨਾਂ ਸਾਈ ਪਾਈ ਨਹੀਂ। ਸਾਈ ਪਾਈ ਨਹੀਂ ਜੀ। ਮੈਂ ਉਹਦੇ ਘੰਟਾ ਡੇਢ ਘੰਟਾ ਵੇਟ ਕਰਦਾ ਗਾ, ਮੈਨੂੰ ਕਹਿੰਦਾ ਪਸ਼ੂ ਨਾ ਦੇਈ ਕਿਸੇ ਨੂੰ। ਅੱਛਾ। ਮੈਂ ਪੈਸੇ ਜਾ ਕੇ ਸ਼ਹਿਰ ਪਵਾਉਣੇ ਹੈਗੇ, ਮੇਰੇ ਕੋਲ ਛੋਟਾ ਮੋਬਾਈਲ ਹੈਗਾ। ਅੱਛਾ। ਤੇ ਮੈਂ ਦੇਖੋ ਜੀ ਉਹਦੀ ਵੇਟ ਕਰਦਾ ਰਹਿ ਗਿਆ। ਠੀਕ ਹੈ। ਮੇਰੇ ਪਸ਼ੂ ਵੀ ਵਿਕਣੋਂ ਰੁਕ ਗਿਆ। ਆਪਾਂ ਨੂੰ ਪੀਰਾਂ ਭਰਾਉਣੇ ਇਹੋ ਬੇਨਤੀ ਹੈ ਕਿ ਜਿਹੜਾ ਸਾਈ 5000 ਪਊਗਾ ਉਹਦਾ ਹੀ ਪਸ਼ੂ ਰੁਕੂਗਾ। ਠੀਕ ਹੈ ਜੀ। ਹਾਂਜੀ, ਅਸੀਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਕਿ ਪਹਿਲਾਂ ਆਪਦੀ ਵੀਡੀਓ 'ਚ ਕਲੈਕ ਕਰਕੇ ਚੰਗੀ ਤਰ੍ਹਾਂ ਵੇਖ ਲੈਣ। ਠੀਕ ਹੈ ਜੀ। ਹਾਂਜੀ ਹਾਂਜੀ, ਠੀਕ ਹੈ। ਚਲੋ, ਪਹਿਲੇ ਨੰਬਰ ਤੇ ਜਿਹੜੀ ਵੈੜ ਸੂਈ ਸਵਾਈ ਆ ਜਿਹੜੀ। ਹਾਂਜੀ, ਇਹ ਪਹਿਲਾ ਸੂਆ ਜੀ ਵੱਛੀ। ਠੀਕ ਆ। ਹਾਂਜੀ, ਇਹਨੂੰ ਵੀ 5-6 ਦਿਨ ਹੋ ਗਿਆ ਸੂਈ ਨੂੰ। ਠੀਕ ਆ। ਤੇ 14 ਕਿਲੋ ਦੁੱਧ ਤਿਆਰ ਹੈ। ਤਿਆਰ 14 ਲੀਟਰ। ਠੀਕ ਹੈ। ਜਿਹੜਾ ਮਰਜ਼ੀ ਮੇਰਾ ਵੀਰ ਆਣ ਕੇ 2 ਡੰਗ ਤੋ ਕੇ ਤਸੱਲੀ ਕਰਕੇ। ਕਿੰਨਾ ਕਿ ਚਵਾਈ ਜਾਊਗੀ ਇਹ? ਦੁੱਧ ਵੱਛੀ ਹਰਪ੍ਰੀਤ ਜੀ ਪਾ ਦੂਗੀ 16-17 ਕਿਲੋ। ਤੋਰੋ ਹਾਂ ਫਿਰ ਇੱਕ ਕਰੀ। ਹਾਂਜੀ, ਦੁੱਧ ਦੀ ਹੈ ਵੱਛੀ। ਥਾਣ ਦੇਖ ਸਕਦੇ ਇਹਦੇ ਲੱਗੇ ਤੇ ਇੱਕ ਕਰੀ। ਹੈ ਤੇ ਕੋਈ ਨਹੀਂ ਪੂਣੀ ਹੈ ਵੱਛੀ। ਠੀਕ ਹੈ ਜੀ। ਬੰਦ ਹੋ ਜੀ, ਬੱਚੇ ਤੁਹਾਨੂੰ ਹੁਣੇ ਦਿਖਾ ਦਿਆਂਗੇ ਇਕੱਠੇ ਹੀ। ਇਹਦਾ ਬੱਚਾ ਉਹ ਕਾਲਾ ਬੱਚਾ ਹੀ ਛੋਟਾ। ਤੇ ਆ ਹਵਾਨਾ ਦੇਖ ਸਕਦੇ ਇਹਦਾ ਤੇ ਇਹਦਾ ਮੁੱਲ? ਬਾਕੀ ਸੀਲ ਠੰਡੀ ਆ ਜੀ, ਇਦਾਂ ਨਹੀਂ ਕੋਈ ਗੱਲ। ਠੀਕ ਹੈ ਜੀ। ਮੁੱਲ ਇਹਦਾ ਅਰਬੀ ਚ ਛੋਟਾ ਜੀ, ਮੁੱਲ 42000। ਅੱਛਾ। 40000 ਦੀ? ਹਾਂ ਨਾ, 40000 ਦੀ ਦੇ ਦੋਗੇ? ਹੋਰ ਕੋਈ ਵੀਰ ਭਰਾ ਫੋਨ ਲਾਏਗਾ ਮਾਤਰਾਂ ਕਰਾ ਲੈ। ਤੇ ਦੁੱਧ 14 ਲੀਟਰ ਤਿਆਰ ਮੁੱਕ ਹੈ ਜੀ, ਆਪਣੇ ਘਰੋਂ ਕੁਝ ਹੋ ਕੇ ਤਸੱਲੀ ਕਰਕੇ ਜਾਵੇ। ਠੀਕ ਹੈ ਜੀ। ਹਾਂਜੀ। ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ, ਇਹ ਵੀ ਪਲੂਣ ਆ ਜੀ। ਅੱਛਾ, ਪਹਿਲਾ ਸੂਆ ਜੀ? ਪਹਿਲਾ ਸੂਆ ਜੀ। ਠੀਕ ਆ। ਹਾਂਜੀ, ਇਹਦੇ ਕੋਲ ਦੁੱਧ ਹੋਏਗਾ ਜੀ 11-12 ਕਿਲੋ। 11-12 ਲੀਟਰ ਤਿਆਰ ਆ? ਤਿਆਰ ਆ ਜੀ। ਕਿੰਨਾ ਚਿਰ ਹੋਇਆ ਇਹਨਾਂ ਸੂਈ ਨੂੰ? ਇਹਦਾ ਸੂਆ ਉਹ ਦੇਖ ਲਓ ਜੀ, ਵੱਛੀ ਮਗਰ ਰਹਿੰਦੇ ਜਲਸੀ। ਅੱਛਾ, ਆਹ ਲਈ? ਹਾਂਜੀ,
ਸਾਰਿਆਂ ਸਾਹਮਣੇ ਹੀ ਆ, ਬੱਚਾ ਆਪਣੀ ਸਮਝ ਨਾ ਕਹਿੰਦਾ ਕਿ ਜਿੰਨੇ ਚਿਰ ਦਾ ਹੈਗਾ ਵਾ। ਤੇ ਦੁੱਧ ਠੀਕ ਆ, ਤੇ ਦੁੱਧ ਕਿੰਨਾ ਦੱਸਿਆ ਜੀ? ਦੁੱਧ 11 ਤੋਂ 12 ਲੀਟਰ ਹੋਏਗਾ। ਤੋਰੋ ਫਿਰ ਇਹਨਾਂ ਵੀ 11-12 ਲੀਟਰ ਜਿਹੜਾ ਇਹਦੇ ਕੋਲ ਵੀ ਤਿਆਰ ਦੱਸ ਦੇ ਮੌਕੇ ਤੇ, ਕੋਈ ਵੀਰ ਆਪਣੀ 2 ਟਾਈਮ ਚਵਾਈ ਕਰਕੇ ਲਿਜਾ ਸਕਦਾ। ਉਹ ਪ੍ਰਿੰਟ ਪ੍ਰੁੰਟ ਜਿਹੜਾ ਚੰਗਾ ਇਹਦਾ। ਚਿਹਰਾ ਦਿਖਾ ਦੇ ਇਹਦਾ ਕਰੀ ਤੈਨੂੰ। ਠੀਕ ਹੈ ਜੀ, ਬੰਦ ਹੋ ਜੀ। ਤੇ ਇਹਦਾ ਕੀ ਮੁੱਲ ਜੀ ਫਿਰ? ਇਹਦਾ ਮੁੱਲ ਹਰਪ੍ਰੀਤ ਜੀ ਬਿਲਕੁਲ ਛੋਟਾ ਆ ਜੀ। ਕਿੰਨਾ ਮੁੱਲ? 33,000। ਅੱਛਾ, 2,000 ਛੋਟ, 31 31 ਅੱਛਾ, ਪੂਰੇ 30 ਦੀ, 3,000 ਹੀ ਛੋਟ ਹੋ ਜੂਗੀ। ਹਾਂਜੀ ਹਾਂਜੀ, ਠੀਕ ਹੈ ਜੀ। ਬਾਕੀ ਥਣ ਵੀ ਚੰਗਾ ਇਹਦੇ ਕੋਲ। ਹਾਂਜੀ, ਦੁੱਧ ਵੀ ਵੀਰ ਜੀ ਪੂਰਾ ਹੋਊਗਾ ਇਹਨਾਂ ਚ। ਠੀਕ ਹੈ ਜੀ, ਤੋਕੇ ਕੁਲ ਜਾਏ ਬੰਦਾ ਜੀ। ਤੇ ਹੁਣ ਇੱਕ ਆ ਗਈ ਆਪਣੇ ਕੋਲ ਸਾਹੀਵਾਲ ਚ। ਹਾਂਜੀ, ਇਹ ਵੀ ਸਾਹੀ ਵਾਲਾ ਜੀ। ਠੀਕ ਹੈ, ਬਹੁਤ ਠੰਡੀ ਸੀ, ਕੋਈ ਨਹੀਂ ਇਦਾਂ ਦੀ ਗੱਲ ਹੈ ਜੀ। ਠੀਕ ਹੈ ਜੀ, ਮਰਜ਼ੀ ਬੜੇ ਦੋ ਥੱਲੇ। ਠੀਕ ਹੈ ਜੀ। ਹਾਂਜੀ, ਕਿੰਨਾ ਚਿਰ ਹੋਇਆ ਜੀ ਇਹਨਾਂ ਸੂਈ ਨੂੰ? ਉਹ ਬੱਚਾ ਤੇ ਕੋਈ ਨਾੜੂ ਫੇਰਦਾ ਬੱਚਾ। ਅੱਛਾ, ਬੱਚਾ ਵਾ, ਮਗਰ ਬੱਚਾ ਕਿ ਬੱਚੀ ਜੀ? ਬੱਚਾ ਜੀ, ਬੱਚਾ। ਠੀਕ ਹੈ ਜੀ, ਨਾੜੂ ਪਿਆ ਬੱਚਾ। ਇਹ ਨਹੀਂ ਹੈਗੀ ਕਿ ਆਪਣੀ ਕੈਮਰੇ ਤੋਂ ਕਰਦੀ ਆ ਇਦਾਂ, ਭਾਵੇਂ ਥੱਲੇ ਬੜੇ ਦੋ ਤੇ ਚਵਾਈ ਰੱਸੀ ਪਾ ਕੇ ਕਰਦੇ? ਨਹੀਂ ਜੀ। ਅੱਛਾ, ਉਦਾਂ ਹੀ ਚਵਾਈ ਕਰੀ ਜੀ। ਤੇ ਆ ਥਾਣੇ ਦੇਖ ਸਕਦੇ ਤੇ। ਤੇ ਕਿੰਨਾ ਚਿਰ ਹੋਇਆ ਸੂਈ ਨੂੰ? ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਦੋ ਤਿੰਨ ਦੇ ਕੋ ਹੋਊਗਾ ਜੀ ਇਸ ਟਾਈਮ, 13 ਕਿਲੋ। ਅੱਛਾ, ਕਿੰਨਾ ਚਵਾਈ ਜਾਊਗੀ ਇਹ? 15 ਕਿਲੋ ਪਾਊਗੀ ਜੀ ਬੜੇ ਨਾਮ ਕਰਨਾ। ਤੋਰਦੀ ਹੈ ਫਿਰ ਇਹਨਾਂ ਵਿੱਚ? ਹਾਂਜੀ, ਤੇ ਹੈ ਪਲੂਣ ਆ ਜੀ। ਅੱਛਾ, ਪਲੂਣ ਆ 4 ਦੰਦ ਆ। ਪਹਿਲਾ ਸੂਆ ਤੇ ਮੂੰਹ ਜਿਹੜੀ 4 ਦੰਦ ਦੱਸਦੇ ਆ। ਬਾਕੀ ਬੱਚਾ ਛੱਡੋ ਤੇ ਕਹਿੰਦੇ ਚਵਾਈ ਕਰੋ ਰੱਸੀ ਤੋਂ ਬਿਨਾਂ ਹੀ। ਲੈ ਜਾ, ਬਾਕੀ ਸਿੰਘ ਇਹਦੇ ਹੈਗੇ ਆ ਜਿਹੜੇ, ਤੇ ਹੈਗੀ ਸਾਹੀਵਾਲ ਜਰਸੀ ਕਰੋਸ ਆ ਜਿਹੜੀ। ਤੇ ਇਹਦਾ ਮੁੱਲ ਫਿਰ ਕੀ ਰੱਖਣਾ ਆਪਾਂ? ਇਹਦਾ ਮੁੱਲ 35,000 ਜੀ। ਅੱਛਾ, 2,000 ਦੀ ਦੇ ਦੋਗੇ? ਤੇ ਦੁੱਧ 13 ਲੀਟਰ ਤਿਆਰ ਹੈ? 13 ਕਿਲੋ ਚੋਕ ਦੋ ਚੋਕੇ ਜੀ। ਠੀਕ, ਹੋਰ ਵੀ ਵੀਰ ਭਰਾ ਫੋਨ ਕਰੂਗਾ ਮਾਤਰਾ, 32 ਦੀ ਦੇ ਦੇਵਾਂਗੇ। ਅੱਛਾ, ਠੀਕ ਹੈ ਜੀ, 32,000 ਦੀ ਦੇ ਦੇਓਗੇ? ਹਾਂਜੀ। ਠੀਕ ਹੈ ਜੀ, ਤੇ ਹੁਣ ਇੱਕ ਆ ਗੱਬਨ ਆ ਗਈ ਜੀ। ਹਾਂਜੀ, ਇਹ ਗੱਬਨ ਵਸੀ ਆ ਜੀ। ਪਹਿਲਾ ਸੂਆ ਜਾਪਦਾ? ਪਹਿਲਾ ਸੂਆ 4 ਦੰਦ ਜੀ। ਅੱਜ ਬੈਠਾ ਸਾਰੀਆਂ ਪੈਲਣਾ ਆਪਣੇ ਕੋਲ? ਹਾਂਜੀ, ਸਾਰੀਆਂ ਪੈਲਣਾ, 4 ਦੰਦ ਟੋਪ, 4 ਦੰਦ। ਠੀਕ ਹੈ, ਚੈੱਕ ਕੀਤੇ ਦੰਦ? ਹਾਂਜੀ ਹਾਂਜੀ ਕੀਤੇ ਜੀ। ਚਲੋ ਫਿਰ ਕੈਮਰੇ ਵਿੱਚ ਵੀ ਕਰਾ ਦਿੰਦੇ ਤੋਰ ਦੇ ਇਹਨੂੰ। ਬਾਕੀ ਇਹ ਜਰਸੀ ਆ ਤੇ ਸਿੰਘ ਨਹੀਂ ਦਗਾਏ ਕਿਸੇ ਨੇ? ਹਾਂਜੀ ਹਾਂਜੀ ਹਾਂਜੀ, ਪੰਜਾਬ ਵਾਲੀ ਜਰਸੀ ਆ ਫਿਰ ਜੀ। ਛੋਟੇ ਛੋਟੇ ਸਿੰਘ ਆ, ਬਹੁਤੇ ਵੱਡੇ ਨਹੀਂ ਆ। ਉਹ ਤਰ੍ਹਾਂ ਸਾਂਭੀ ਸੁੰਭੀ ਚੰਗੀ ਆ, ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ। ਲੈ ਜਾਓ ਜੀ, ਬਾਕੀ ਥਣਾਂ ਦਾ ਗੈਪ ਜਿਹੜਾ ਚੰਗਾ ਤੇ ਸਾਈਜ਼ ਵੀ ਵਧੀਆ ਤਿਆਰ ਕਰੂਗੀ। ਅਜੇ ਥਣਾਂ 'ਚ ਦੁੱਧ ਅਜੇ ਪਾਇਆ ਨਹੀਂ ਆ, ਇਹਨੇ ਅਜੇ ਤਿਆਰ ਹੋਣਾ ਵਾ ਇਹਨੇ। ਸਤਾਰਾਂ ਅਠਾਰਾਂ ਦੇ ਲਾਗੇ ਬੰਨੇ ਦਿਨ ਜਿਹੜੇ ਕਹਿੰਦੇ ਕਿ ਇਹਦੇ ਪੂਰੇ ਹੁੰਦੇ ਆ। ਬਾਕੀ ਅਜੇ ਸਾਰੀਆਂ ਢਿੱਲਾਂ ਢੁੱਲਾਂ ਭਰੂਗੀ।
ਤੇ ਇਹ ਕਿੰਨਾ ਕੁ ਉਤਰਾ ਦੁੱਧ ਚਵਾਈ ਜਾਊਗੀ? ਪੂਰੇ ਤੀਹ ਦੀ ਕਹਿੰਦੇ ਦੇ ਦਿਆਂਗੇ ਪਹਿਲਾ ਸੂਆ, ਸਾਰੀਆਂ ਪਹਿਲਣਾ ਹੀ ਆ, ਸਾਰੀਆਂ ਪਹਿਲਣਾ ਬਸੀ ਆ ਆਪਣੇ ਕੋਲ। ਠੀਕ ਆ, ਤੇ ਹੁਣ ਆ ਝੋਟੀਆਂ ਤੁਹਾਨੂੰ ਦਿਖਾਉਣੀਆਂ, ਇੱਕ ਆਹ ਦੇਖ ਸਕਦੇ, ਦੱਸੀ ਇਹਦੇ ਬਾਰੇ। ਇਹ ਹਰਪ੍ਰੀਤ ਜੀ, ਮੈਂ ਤੀਜੇ ਕੁ ਸੂਏ। ਹਾਂਜੀ, ਤੇ ਇਹਦਾ ਬੱਚਾ ਮਰ ਗਿਆ ਜੀ। ਅੱਛਾ, ਇਹਦਾ ਬੱਚਾ ਨਹੀਂ ਹੈਗਾ, ਬੱਚਾ ਮਰ ਗਿਆ ਜੀ। ਇਹੋ ਹੀ ਬੰਦੇ ਨੇ ਲਈਆਂ ਸਨ ਇੱਕ, ਅੱਛਾ, ਉਹ ਬੈਡ ਜੋੜਾ ਕਰਦਾ ਸੀ। ਅੱਛਾ, ਇੱਕ ਸਾਹੀਵਾਲ ਤੇ ਇੱਕ। ਹਾਂਜੀ ਹਾਂਜੀ, ਠੀਕ ਆ। ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਦੁੱਧ ਇਹਦੇ ਕੋਲ ਭਾਜੀ 12 ਕਿਲੋ ਹੋਏਗਾ ਇਸ ਟਾਈਮ। ਤਿਆਰ ਬਿਲਕੁਲ, ਦੋ ਟਾਈਮ ਚੋ ਕੇ, ਦੋ ਟਾਈਮ ਚੋ ਕੇ ਆਪਾਂ, ਤੁਸੀਂ ਕਹੋਗੇ ਵੀਡੀਓ ਕਾਲ ਤੇ ਚਵਾ ਵੀ ਦਿੰਦੇ ਆ, ਹੁਣੇ ਚਵਾ ਦਿੰਦੇ ਆ ਕੈਮਰੇ ਸਾਹਮਣੇ। ਦੁੱਧ 12 ਕਿਲੋ ਤੋਰੋ। ਹਾਂ, ਫਿਰ ਇੱਕ ਵਾਰੀ ਆ ਜਾਓ। ਬਾਕੀ ਕੋਈ ਵੀਰ ਆਪਣੀ ਦੋ ਟਾਈਮ ਭਾਵੇਂ ਵੀਡੀਓ ਕਾਲ ਤੇ ਚਵਾ ਲਏ ਤੇ ਭਾਵੇਂ ਕੋਈ ਵੀਰ ਇੱਥੇ ਆਣ ਕੇ ਚੋ ਕੇ ਲੈ ਜੀ। ਰਾਜਾ ਬਾਹਰ ਘੱਟ ਨਿਕਲੇ ਤੇ ਪਸ਼ੂ, ਉਹਦੇ ਕਰਕੇ ਝੱਬੂ ਦਾ ਵੀ ਥੋੜ੍ਹਾ ਕਰ ਦੇ, ਲੈ ਜਾ ਅੰਦਰ ਹੀ ਲੈ ਜਾ। ਹਾਂ, ਦੇਖ ਸਕਦੇ ਥੱਲੇ ਹਵਾਨਾ ਇਹਦਾ। ਬੰਦ ਬੰਦ ਜੀ, ਤੇ ਬਾਕੀ ਥਣ ਵੀ ਚੰਗਾ ਲੱਗਾ ਇਹਦੇ ਕੋਲ। ਤੇ ਇਹਦਾ ਮੁੱਲ? ਮੁੱਲ ਹਰਪ੍ਰੀਤ ਜੀ, ਬੱਚਾ ਹੁੰਦਾ ਫਿਰ ਤੇ ਮੈਂ 70-75 ਹਜ਼ਾਰ ਦੀ ਸੀਗੀ। ਹਾਂਜੀ, ਹੁਣ 65 ਹਜ਼ਾਰ ਦੀ ਮੈਂ ਦੇ ਦਾਂ। 65 ਹਜ਼ਾਰ ਦੀ ਦੇ ਦੋਗੇ? ਤੇ ਦੁੱਧ 12 ਲੀਟਰ ਘਰੋਂ ਚਵਾ ਕੇ? ਦੁੱਧ ਕੋਈ ਚੋਗੇ ਥੱਲੀ ਦਾ, ਕੋਈ ਭਾੜਾ ਨਹੀਂ ਲੈਂਦੀ, ਕੋਈ ਠੀਕਾ ਨਹੀਂ ਹੈਗਾ। ਅੱਛਾ, ਇਦਾਂ ਹੀ ਇੱਥੇ ਬੈਠ ਕੇ ਚੋਲੋ। ਤੇ ਕਿੰਨਾ 65 ਚੋ ਕਰਨਾ ਮਾਨ ਫਿਰ? ਕਿੰਨਾ ਯਾਰ ਕਰ ਦਿਆਂਗੇ। ਅੱਛਾ, ਹਾਂਜੀ, 64 ਹਜ਼ਾਰ ਦੀ ਦੇ ਦੋਗੇ? 1000 ਹੋਰ ਕਰ ਦੋਗੇ? ਕਰ ਦਿਆਂਗੇ। ਠੀਕ ਆ ਜੀ, ਇਹ ਦੇ ਦੋਗੇ? 62 ਦੀ ਦੇ ਦਾਂਗੇ ਹਰ ਪੀ। ਅੱਛਾ, 62 ਹਜ਼ਾਰ ਦੀ ਦੇ ਦੋਗੇ? 62 ਹਜ਼ਾਰ ਦੀ ਦੇ ਦਾਂਗੇ। ਠੀਕ ਆ ਜੀ। ਹਾਂਜੀ, ਤੇ ਹੁਣ ਇੱਕ ਇਹ ਗੱਬਣ ਜੇ, ਇਹ ਗੱਬਣ ਛੁੱਟੀ ਆ ਜੀ, ਇਹ ਛੁੱਟੀ ਪੂਰੀ ਸਾਂਭੀ ਹੁੰਦੀ ਆ ਕਿਸੇ ਨੇ। ਦੂਜਾ ਸੂਆ ਜੀ। ਠੀਕ ਆ ਜੀ, ਅਜੇ ਇਹਦੇ ਹਰ ਪੀ ਜੀ 22 ਤਰੀਕ ਨੂੰ ਦਿਨ ਪੂਰੇ ਹੋਣੇ ਆ। ਅੱਛਾ, ਹਾਂ, 22 ਤਰੀਕ ਨੂੰ ਦਿਨ ਪੂਰੇ ਆ। ਪਹਿਲੇ ਸੂਏ ਮਾਲਕ ਕਹਿੰਦੇ ਵੀ ਅਸੀਂ 12-13 ਲੀਟਰ ਦੁੱਧ ਚੋਇਆ ਜੀ ਇਹਦੇ ਕੋਲੋਂ। ਅੱਛਾ, ਹਾਂਜੀ, ਤੇ ਯਾਰ ਕੀ ਕਿੰਨਾ ਚਵਾ ਜਾਓਗੇ? ਐਦੀ ਵਾਸਤੇ ਭਾਈ ਜੀ ਦਹੀਂ ਝੋਟੀ ਪਲੀ ਆ, ਮਹਾਰਾਜ ਦੀ ਕਿਰਪਾ ਨਾਲ ਝੋਟੀ ਵੀ ਦੁੱਧ 15 ਕਿਲੋ ਪਾਉਣਾ ਚਾਹੀਦਾ। ਠੀਕ ਹੈ, ਬਾਕੀ ਆਹੋ ਚਲੋ ਜਿਸ ਤਰ੍ਹਾਂ ਦਾ ਸਟਰਕਚਰ ਆ ਦੇਖੋ, ਲੋਕੀ ਕਹਿ ਦਿੰਦੇ ਆ। ਹਾਂਜੀ ਹਾਂਜੀ, ਦੇਖੋ, ਠੀਕ ਹੈ ਜੀ, ਝੋਟੀ ਪੂਰੀ। ਚਲੋ ਤੋਰੋ, ਹਾਂ, ਫਿਰ ਇੱਕ ਵਾਰੀ ਨਾ ਥਾਣ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ। ਬਾਕੀ ਚਾਲ ਦੇਖ ਸਕਦੇ, ਭਲਵਾਨਾ ਵਰਗੀ ਚਾਲ ਆ ਇਹਦੀ, ਪੂਰੀ ਮਟਕ ਮਟਕ ਤੁਰਦੀ ਆ, ਕੋਈ ਕਾਲੀ ਨਹੀਂ ਪੈਂਦੀ, ਸਾਂਭੀ ਬੜੀ ਕਿਸੇ ਵੀਰ ਨੇ ਰੀਝ ਨਾ ਵਾ। ਅੱਜ ਲੈ ਆਓ ਜੀ, ਬਾਕੀ ਦੋ ਪਸ਼ੂ ਗੱਭਣ ਆ ਤੇ 4 ਸੂਈਆਂ ਵਾ, ਉਹ ਤੁਸੀਂ ਆਪਣੀ ਇੱਥੇ ਆਪ ਆ ਕੇ ਚਵਾਈ ਕਰਕੇ ਵੇਚ ਚਾਹ ਕੇ ਖੜਨੀ ਆ। 2 ਟਾਈਮ ਚਵਾਈ ਕਰੋ, 3 ਟਾਈਮ ਚਵਾਈ ਕਰੋ। ਹਾਂਜੀ, ਗੱਭਣ ਵੀ ਤਿਪ ਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਖੜੋ, ਤਸੱਲੀ ਕਰਕੇ। ਹਾਂਜੀ, ਠੀਕ ਆ, ਕਿਸੇ ਨੂੰ
ਠੀਕ ਹੈ, ਹੁਣੇ ਚੱਲਿਆ ਤੇ ਮੈਂ ਇਹ ਕਰਨਾ ਫਿਰ ਖਰਾਬ ਹੋ ਜਾਂਦਾ ਜੀ। ਠੀਕ ਹੈ, ਆਪਾਂ ਕਿੰਨੇ ਦੀ ਦੇ ਦੇਣੀ ਆ? ਨਹੀਂ ਵਿੱਚ ਕਰ ਦਈਏ ਕੁਛ ਮਾਰ, ਪਚਾਨਵੇਂ ਹਜ਼ਾਰ ਦੀ ਵਿੱਚੋਂ ਕਰ ਦੋਗੇ ਛੋਟ? ਕਿੰਨੀ ਹਜ਼ਾਰ ਕਰ ਦੋਗੇ? ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਆਪਣੀ ਸਮਝ ਨਾ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।